ਪੰਜਾਹ ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹੈ ਹਰ ਸਾਲ। 1600 ਤੋਂ 1700 ਕਾਂਸਟੇਬਲ, ਫਿਰ ਹੈੱਡ ਕਾਂਸਟੇਬਲ 200-300, ਫਿਰ 300-400 ASI ਸਬ ਇੰਸਪੈਕਟਰ ਵਗੈਰਾ ਇਸ ਰੈਂਕ ਦੇ। ਹਰ ਸਾਲ 2200-2300। ਪਹਿਲਾਂ ਕੀ ਹੁੰਦਾ ਸੀ, ਕੋਈ ਭਰਤੀ ਨਹੀਂ ਹੁੰਦੀ ਸੀ, ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ, ਆਖਰੀ ਸਾਲ ਮੀਨਸ ਵੋਟਾਂ ਦਾ ਆਖਰੀ ਸਾਲ, ਵੀ ਜਿਹੜੇ ਸਾਲ ਵੋਟਾਂ ਨੇ, ਵੀ ਪੁਲਿਸ 'ਚ ਭਰਤੀ ਹੋਊਗੀ ਜੀ, 6000-7000 ਬੰਦਾ ਰੱਖਣਾ। ਔਰ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨਿਆਂ ਦਾ ਹੀ ਟਾਈਮ ਹੈ, ਜੇ ਪਹਿਲਾਂ ਦੱਸ ਦਿੰਦੇ ਤਿਆਰੀ ਕਰ ਲੈਂਦੇ। ਅਸੀਂ ਕੀ ਕੀਤਾ, ਅਸੀਂ ਅਗਲੇ 4 ਸਾਲ ਦਾ ਪੂਰਾ ਪਰਫੋਰਮਾ ਬਣਾ ਕੇ ਜਾਰੀ ਕਰਤਾ। ਜਨਵਰੀ 'ਚ ਨੋਟੀਫਿਕੇਸ਼ਨ ਹੋਊ ਹਰੇਕ ਸਾਲ, ਮਈ ਜੂਨ 'ਚ ਪੇਪਰ ਹੋਊਗਾ ਲਿਖਤੀ, ਜੁਲਾਈ 'ਚ ਉਹਦਾ ਰਿਜ਼ਲਟ ਆਜੂਗਾ, ਸਤੰਬਰ ਅਕਤੂਬਰ 'ਚ ਫਿਜ਼ੀਕਲ ਟੈਸਟ ਹੋਊਗਾ, ਨਵੰਬਰ 'ਚ ਉਹਦਾ ਰਿਜ਼ਲਟ ਆਜੂਗਾ, ਦਸੰਬਰ ਦੇ ਵਿੱਚ ਹਰ ਸਾਲ 2200 ਭਰਤੀ ਪੰਜਾਬ ਪੁਲਿਸ 'ਚ ਮੁੰਡੇ ਕੁੜੀਆਂ ਦੀ ਹੋਣੀਆਂ ਹੀ ਹੋਣੀਆਂ ਹਰ ਸਾਲ। ਅਤੇ ਇਹਦੇ ਨਾਲ ਕੀ ਹੋਊਗਾ, ਜੇ 800 ਪੋਸਟਾਂ ਵਾਸਤੇ 800,000 ਤਿਆਰੀ ਕਰ ਰਿਹਾ, ਤੁਹਾਨੂੰ ਸੁਣ ਕੇ ਹੈਰਾਨੀ ਹੋਊਗੀ, 2200 ਪੋਸਟਾਂ ਵਾਸਤੇ ਸਾਡੇ ਕੋਲ 6,00,000 ਤੋਂ ਜ਼ਿਆਦਾ ਅਰਜ਼ੀਆਂ ਆ ਗਈਆਂ। ਇਸ ਵਕਤ 10,00,000 ਦੇ ਨੇੜੇ ਤੇੜੇ ਬੱਚੇ ਗਰਾਊਂਡਾਂ 'ਚ ਭੱਜਦੇ ਨੇ ਕਿ ਅਸੀਂ ਪੁਲਿਸ ਦੀ ਤਿਆਰੀ ਕਰ ਰਹੇ ਹਾਂ।